हां जी दोस्तों गल दे दे जी? जी, आज गल ਕਰਦੇ ਆ ਪੰਜਾਬ ਫਾਇਰਮੈਨ ਦੀ ਪੰਜਾਬ ਫਾਇਰਮੈਨ ਦੇ ਫਿਜ਼ੀਕਲ ਦੇ ਵਿੱਚ ਮੁੰਡਿਆਂ ਦਾ ਫਿਜ਼ੀਕਲ ਕੀ ਹੈ ਕੁੜੀਆਂ ਦਾ ਫਿਜ਼ੀਕਲ ਕੀ ਹੈ ਤੇ ਐਕਸ ਸਰਵਿਸਮੈਨ ਨੂੰ ਕਿੰਨੀ ਸ਼ੂਟ ਮਿਲੇਗੀ ਠੀਕ ਹੈ ਜੀ ਇਹਦਾ ਕਾਫੀ ਬੱਚਿਆਂ 'ਚ ਕਨਫਿਊਜ਼ਨ ਹੈ ਅੱਜ ਆਪਾਂ ਏਸੀ ਕਨਫਿਊਜ਼ਨ ਨੂੰ ਦੂਰ ਕਰਾਂਗੇ ਨੋਟੀਫਿਕੇਸ਼ਨ ਪੜ੍ਹ ਕੇ ਠੀਕ ਹੈ ਵੀ ਨੋਟੀਫਿਕੇਸ਼ਨ 'ਚ ਕੀ ਲਿਖਿਆ ਠੀਕ ਹੈ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕੋਈ ਵੀ ਇਨਕੁਆਰੀ ਹੈ ਤਾਂ ਕਮੈਂਟ ਜਰੂਰ ਕਰੋ ਚਲੋ ਚੱਲਦੇ ਆ ਆ ਤੁਹਾਡੇ ਸਾਹਮਣੇ ਹੈ ਨੋਟੀਫਿਕੇਸ਼ਨ ਦਾ ਠੀਕ ਹੈ ਜ ਤੇ ਜਿਹੜਾ ਆਪਾਂ ਚੱਲਦੇ ਆਂ ਆਹ ਦੇਖੋ ਜੀ ਫਾਇਰਮੈਨ ਠੀਕ ਹੈ ਜੀ ਡਰਾਈਵਰ ਠੀਕ ਹੈ ਜੀ ਫਾਇਰਮੈਨ ਦਾ ਨੋਟੀਫਿਕੇਸ਼ਨ ਆਪਾਂ ਸਿੱਧਾ ਚੱਲਦੇ ਆਂ ਫਿਜ਼ੀਕਲ ਕਿਉਂਕਿ ਆਪਾਂ ਨੇ ਫਿਜ਼ੀਕਲ ਦੀ ਕਲੀਅਰ ਕਰਨੀ ਹੈ ਦੇਖੋ ਜੀ ਨੋਟੀਫਿਕੇਸ਼ਨ ਚ ਕੀ ਲਿਖਿਆ ਉਸ ਤੋਂ ਬਾਅਦ ਹੋਰ ਵੀ ਗੱਲ ਕਰਾਂਗੇ ਆਪਾਂ ਨੋਟੀਫਿਕੇਸ਼ਨ ਚ ਲਿਖਿਆ ਉਹਨਾਂ ਨੇ ਆ ਦੇ ਠੀਕ ਹੈ ਜੀ ਕੁਆਲਿਫਿਕੇਸ਼ਨ ਫੋਰ ਡਾਇਰੈਕਟਰ ਰਿਕਰੂਟਮੈਂਟ ਐਸ ਪਰ ਸਰਵਿਸ ਰੂਲਸ ਠੀਕ ਹੈ ਅਬ ਉਹਨਾਂ ਨੇ ਇਹ ਲਿਖਤਾ ਜੀ ਫਿਜ਼ਿਕਸ ਫੋਰ ਡਾਇਰੈਕਟਰ ਰਿਕਰੂਟਮੈਂਟ ਠੀਕ ਹੈ ਤੇ ਹਾਈਟ ਹੈ ਜੀ 5 ਫੁੱਟ 5 ਇੰਚ ਠੀਕ ਹੈ ਚੈਸਟ ਜੋ ਮੇਲズ ਦੀ ਹੈ 33.5 ਇੰਚ ਅਨਐਕਸਪੈਂਡ ਹੈ ਇਹ ਠੀਕ ਹੈ ਔਰ ਜਦੋਂ ਫਲਾਉਗੇ 1.5 ਇੰਚ ਫੁੱਲਣੀ ਚਾਹੀਦੀ ਹੈ ਠੀਕ ਹੈ ਜੀ ਆਈ ਸਾਈਟ 6/6 ਦੋਨੀਆਂ ਅੱਖਾਂ ਦੀ ਵਿਦਾਊਟ ਗਲਾਸਿਸ ਠੀਕ ਹੈ ਚਸ਼ਮੇ ਤੋਂ ਬਿਨਾ ਤੇ ਇਹਨਾਂ ਨੇ ਨੋਟ ਕੀ ਲਿਖਿਆ ਠੀਕ ਹੈ ਨੋਟ ਕੀ ਲਿਖਿਆ ਫਿਜ਼ਿਕਸ ਦੇ ਪਮਾਨਿਆਂ ਵਿੱਚ ਔਰਤਾਂ ਲੜਕੀਆਂ ਤੇ ਕੇਵਲ ਹਾਈਟ ਅਤੇ ਆਈ ਸੈਟ ਲਾਗੂ ਹੋਣਗੇ ਯਾਨੀ ਜੋ B ਵਾਲਾ ਆਪਸ਼ਨ ਹੈ ਇਹ ਇਹ ਫਿਜ਼ਿਕਸ ਫॉर ਡਾਇਰੈਕਟਰ ਰਿਕਰੂਟਮੈਂਟ ਠੀਕ ਹੈ ਇਹ ਬੀ ਵਾਲਾ ਆਪਸ਼ਨ ਕੁੜੀਆਂ ਵਾਸਤੇ ਨਹੀਂ ਹੈ ਠੀਕ ਹੈ ਜੀ ਚਲੋ نیچے ਪੜਦੇ ਹਾਂ ਫਿਜ਼ੀਕਲ ਫਿਟਨੈਸ ਸਟੈਂਡਰਡ ਇਹਦੇ ਵਿੱਚ ਕਿਹ ਸ਼ੂਟ ਦਿੱਤੀ ਹੈ ਆ ਲਓ ਜੀ ਥੋੜਾ ਉੱਪਰ ਕਰ ਲਈਏ ਆਪਾਂ ਕਿਉਂਕਿ ਤੁਹਾਨੂੰ ਕਲੀਅਰ ਦੇਖਣਾ ਚਾਹੀਦਾ ਰਨਿੰਗ ਅ ਡਿਸਟੈਂਸ ਆਫ 100 ਯਾਰਡ ਵਿਦ weight ਆਫ 60 kg ਸਟੋਨ ਇਨ 1 ਮਿੰਟ ਸਟੋਨ ਲਿਖਿਆ ਹੈ ਬੋਰੀ ਹੁੰਦੀ ਹੈ ਲਿਫਟਿੰਗ ਦਾ ਹੁੱਕ ਲੈਡਰ ਟੂ ਵਰਟੀਕਲ ਪੋਜੀਸ਼ਨ ਫ্রম 3rd ਐਂਡ 6th ਰਾਉਂਡ ਤੀਸਰੇ ਤੇ 6ਵੇਂ ਰਾਉਂਡ ਤੋਂ ਚੱਕਣੀ ਹੈ ਔਰ ਕਲਾਈਮਿੰਗ ਦੇ ਰੋਪ اور ਵਰਟੀਕਲ ਪਾਈਪ ਟੂ ਹਾਈਟ ਆਫ 8 ਤੋਂ 10 ਫੀਟ ਫਰਮ ਦਾ ਗਰਾਉਂਡ ਠੀਕ ਹੈ ਜੀ ਰਸਾ ਤੇ ਹੁਣ ਆ ਦੇਖੋ ਹੁਣ ਇਹ ਆ ਫਿਜ਼ੀਕਲ ਮੁੰਡਿਆਂ ਦਾ ਠੀਕ ਹੈ ਜੀ ਮੁੰਡਿਆਂ ਦਾ ਫਿਜ਼ੀਕਲ ਆ ਇਹ ਪਰ ਕੁੜੀਆਂ ਚ ਕੁੜੀਆਂ ਦਾ ਫਿਜ਼ੀਕਲ ਤਾਂ ਇਹਨਾਂ ਨੇ ਇੱਥੇ ਲਿਖਿਆ ਹੀ ਨਹੀਂ ਕੋਈ ਲਿਖਿਆ ਨਾ ਜੀ ਬਿਲਕੁਲ ਨਹੀਂ ਲਿਖਿਆ ਕੁੜੀਆਂ ਨੂੰ ਜਿਹੜੀ ਚੀਜ਼ ਚ ਛੂਟ ਹੈ ਨਾ ਦੇਖੋ ਬੱਚਿਓ ਕੁੜੀਆਂ ਵਾਸਤੇ ਸੇਮ ਫਿਜ਼ੀਕਲ ਆ ਮਾਈਂਡ ਚੋਂ ਕਰ ਦੋ ਨਹੀਂ ਫਿਜ਼ੀਕਲ ਹੈ ਕਈ ਬੱਚਿਆਂ ਦਾ ਡਾਊਟ ਹੈ ਕਿਉਂਕਿ ਕਈ ਬੱਚੇ ਇਸ ਨੂੰ ਦੇਖ ਰਹੇ ਹਨ ਦੇਖੋ ਫਿਜ਼ਿਕਸ ਦੇ ਪਮਾਨਿਆਂ ਵਿੱਚ ਔਰਤਾਂ ਕੇ ਔਰਤਾਂ ਲੜਕੀਆਂ ਤੇ ਕੇਵਲ ਹਾਈਟ ਅਤੇ ਆਈ ਸੈਟ ਲਾਗੂ ਹੋਣਗੇ ਬਾਈ ਸਾਹਿਬ ਇਹ ਫਿਜ਼ੀਕਲ ਫਿਟਨੈਸ ਦੇ ਪੈਮਾਨਿਆਂ ਦੇ ਵਿੱਚੋਂ ਨਹੀਂ ਹੈ ਇਹ ਓਨਲੀ ਫਿਜ਼ਿਕਸ ਦੇ ਡਾਇਰੈਕਟਰ ਰਿਕਰੂਟਮੈਂਟ ਚ ਹੈ ਫਿਜ਼ਿਕਸ ਆ ਇਹਨਾਂ ਦੇ ਵਿੱਚੋਂ ਹੈ ਤਿੰਨ ਚੀਜ਼ ਏ ਬੀ ਸੀ ਇਹਨਾਂ ਦੇ ਵਿੱਚੋਂ ਲਿਖਿਆ ਹੋਇਆ ਹੈ ਕਿ ਦੋ ਚੀਜ਼ਾਂ ਲਾਗੂ ਹੋਣਗੀਆਂ ਅਗਰ ਇਹਨਾਂ ਦੇ ਵਿੱਚੋਂ ਕੋਈ ਸ਼ੂਟ ਹੁੰਦੀ ਤਾਂ ਥੱਲੇ ਨੋਟ ਚ ਲਿਖ ਦਿੰਦੇ ਠੀਕ ਹੈ ਪਰ ਉਹਨਾਂ ਨੇ ਨਹੀਂ ਲਿਖਿਆ ਦੇਖੋ ਲਿਖ ਨਹੀਂ ਲਿਖਿਆ 23 ਕਰਕੇ ਕੁੜੀਆਂ ਦਾ ਵੀ ਸੇਮ ਫਿਜ਼ੀਕਲ ਹੈ ਮੁੰਡਿਆਂ ਦਾ ਵੀ ਸੇਮ ਹੈ ਪਰ ਕੁੜੀਆਂ ਨੂੰ ਸਿਰਫ ਚੈਸਟ ਦੇ ਵਿੱਚ ਸ਼ੂਟ ਦਿੱਤੀ ਆ ਉਹ ਵੀ ਫਿਜ਼ਿਕਸ ਅਚ ਠੀਕ ਹੈ ਔਰ ਐਕਸ ਸਰਵਿਸਮੈਨ ਵੀ ਮਾਈਂਡ ਚੋ ਕਰਦਣ ਕਿ ਉਹਨਾਂ ਨੂੰ ਸ਼ੂਟ ਮਿਲੇਗੀ ਇਹਦੇ ਵਿੱਚ ਕੋਈ ਸ਼ੂਟ ਨਹੀਂ ਹੁੰਦੀ ਬਾਈ ਜਦੋਂ ਕਦੇ ਅੱਗ ਲੱਗਦੀ ਆ ਕਿਸੇ ਬਿਲਡਿੰਗ 'ਚ ਅੱਗ ਲੱਗ ਗਈ ਉੱਥੇ ਕੋਈ ਬੰਦਾ ਕਿਉਂਕਿ ਬਿਲਡਿੰਗ 'ਚ ਅੱਗ ਲੱਗਦੀ ਆ ਧੂਆਂ ਬਹੁਤ ਹੁੰਦਾ ਕੋਈ ਅੰਦਰ ਬੰਦਾ ਬਿਉਸ਼ ਹੋ ਗਿਆ ਤੋਂ ਪ੍ਰੋਕਸ ਵੇਟ ਮੰਨਿਆ ਗਿਆ 60 ਕਿਜੀ ਹਰ ਇਨਸਾਨ ਦਾ ਠੀਕ ਹੈ ਤੋ ਅਗਰ ਕੁੜੀ ਉੱਥੇ ਫਾਇਰਮੈਨ ਆ ਤਾਂ ਕੁੜੀ ਨੂੰ ਅੰਦਰ ਜਾਣਾ ਪਏਗਾ ਉਸ ਨੂੰ ਬਾਹਰ ਕੱਢਣ ਵਾਸਤੇ ਤੋ ਉਥੇ ਇਹ ਨਹੀਂ ਦੇਖਿਆ ਜਾਏਗਾ ਸ਼ੂਟ ਨਹੀਂ ਮਿਲਦੀ ਹੈਗੀ ਵੀ ਹਾਂ ਭਾਈ ਅੰਦਰ ਇਹ ਤਾਂ 40 ਕਿਜੀ ਚੱਕ ਕੇ ਕੁੜੀ ਆਈ ਹੈ ਅੰਦਰ ਜੇ 60 ਅਗਰ ਤੁਸੀਂ 60 ਕਿਲੋ ਚੱਕਦੇ ਹੋ ਤਾਂ ਔਖੇ ਸੌਖੇ 70 ਚੱਕ ਸਕਦੇ ਹੋ ਅਗਰ ਅੰਦਰ 70 ਦਾ ਮਿਲ ਗਿਆ ਇਸ ਕਰਕੇ ਫਾਇਰ ਵਾਲਿਆਂ ਨੂੰ ਕੋਈ ਸ਼ੂਟ ਨਹੀਂ ਹੁੰਦੀ ਬਾਈ ਫਾਇਰ ਦਾ ਕੰਮ ਟਫ ਹੁੰਦਾ ਔਰ ਅਗਰ ਕਿਨਾਂ ਦਾ ਡਾਊਟ ਤੋ ਫਿਰ ਇੱਕ ਮੇਲ ਫਾਇਰਮੈਨ ਅਗਰ ਅੱਗ ਬੁਝਾਉਣ ਚ ਅੰਦਰ ਜਾਣਾ ਪੈਂਦਾ ਉਸਨੂੰ ਤੇ ਫੀਮੇਲ ਨੂੰ ਵੀ ਜਾਣਾ ਪੈਗਾ ਅਗਰ ਐਜ਼ਏ ਫਾਇਰਮੈਨ ਭਰਤੀ ਹੋ ਰਹੀ ਆ ਕੁੜੀਓ ਅਗਰ ਚਾਹੇ ਉਹ ਐਕਸ ਸਰਵਿਸਮੈਨ ਹੈ ਤੋ ਅੰਦਰ 60 ਸਾਲ ਦਾ ਬੰਦਾ ਅਗਰ ਫਸਿਆ ਹੋਇਆ ਉਹਨੂੰ ਚੱਕ ਕੇ ਲੈ ਕੇ ਆਣਾ ਤਾਂ ਇਸ ਕਰਕੇ ਤੁਹਾਡਾ ਸਟੈਂਡਰਡ ਉਹ ਟੈਸਟ ਰੱਖਿਆ ਜਾਂਦਾ ਕੋਈ ਸ਼ੂਟ ਨਹੀਂ ਦਿੱਤੀ ਜਾਂਦੀ ਚ ਠੀਕ ਹੈ ਕਿਉਂਕਿ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਤੋ ਫਾਇਰਮੈਨ ਦੀ ਜੌਬ ਇਸ ਕਰਕੇ ਫਾਇਰਮੈਨ ਦੇ ਵਿੱਚ ਫਿਜ਼ੀਕਲ ਚ ਸ਼ੂਟ ਨਹੀਂ ਦਿੱਤੀ ਜਾਂਦੀ ਉਮੀਦ ਹੈ ਤੁਹਾਨੂੰ ਕਲੀਅਰ ਹੋਇਆ ਹੋਗਾ ਠੀਕ ਹੈ ਅਗਰ ਫੇਰ ਵੀ ਕਲੀਅਰ ਨਹੀਂ ਹੈ ਫੇਰ ਵੀ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਚ ਜਰੂਰ ਲਿਖਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਬ ਤੱਕ ਧੰਨਵਾਦ ਪਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਹੀ ਨੋਟੀਫਿਕੇਸ਼ਨ ਦੀ ਜੌਬ ਨੋਟੀਫਿਕੇਸ਼ਨ ਦੀ ਅਤੇ ਫਿਜ਼ੀਕਲ ਦੇ ਸਟੈਂਡਰਡ ਦੀ ਵੀਡੀਓ ਤੁਹਾਡੇ ਕੋਲ ਐਦਾਂ ਹੀ ਪਹੁੰਹਦੀ ਰਹੇ ਓਕੇ